पिछले भाग विच तुसीं देखिया कि मतरेई मां किवें दा सलूक करती है। मतरेई मुंडे नूं सवेरे सवक्ते ही ठाल दिंदी है ते अपने मुंडे नूं बड़े आराम नाल ठालदी है ते उस दा मुंडा आराम नाल 9 बजे उठ के तैयार त्यूर हो के कॉलेज जांदा है ते उस दे मगरों करदे सारे काम कार मतरेई मुंडा आपे करदा है। कल्ला ही सारे काम कार विचारा करदा है ते उसकी कोई भी जाना हेल्प नहीं करवाउंदा। उसने बहियां रोटियां ते थोड़ी जी सब्जी उही उसनू रोटी नाल खाण विच दित्ती जांदी है ते विचारा अपनी माँ नू याद करदा है कि काश कितें मेरी भी माँ हुंदी। इसे दौरान एक दिन घरे चाची आउंदी है ते वड्डे मुंडे दे रिश्ते की गल करदी है, पर माँ कहिंदी आ कि मैं अपने वड्डे मुंडे दा रिश्ता नहीं करना क्योंकि उह ते मतरेया सी ते उह निक्के मुंडे दे रिश्ते की गल करदी है। कहिंदी आ पहला मैं अपने निक्के मुंडे दा विआह करना है ते चाची कहिंदी है कि लोग गल्लां करनगे पर नहीं उह नहीं मनदी। फिर निक्के मुंडे दा ही विआह हो जांदा है। आओ अगे देखते हैं दूजे भाग विच की हुंदा है। भांडे ले जा। मम्मी थोड़ा उन्हें समझा के रखा करो, वो ना काम करता कोई, सारा दिन वेला बैठा रहता। उसे पुछ नहीं इन हों मेरे को मैं पूछो माड़ा जा। नहीं नहीं पुछ नहीं, इन जापदा बिगड़ता जाता ज्यादा ही। ਇਹਨੂੰ ਮਾੜਾ ਜਿਹਾ ਨਾ ਝਿੜਕੇ ਰੱਖਿਆ ਕਰੋ ਇਹਨੂੰ। ਨਹੀਂ ਝਿੜਕਦੀ ਆ। ਆ ਗਿਆ ਮੰਮੀ, ਕਹਿ ਇਹਨੂੰ ਮਾੜਾ ਜਿਹਾ। ਪੁੱਛਦੀ ਆਉਂਦਾ ਤੇ ਵਿਗੜਦਾ ਜਾਂਦਾ ਜਾਪਦਾ ਦਿਨੋ ਦਿਨ। ਮੰਮੀ ਰੋਟੀ ਲਿਆ ਦਿਓ ਮੈਨੂੰ। ਚੁੱਪ ਕਰਕੇ ਨਾ ਤੇ ਪਹਿਲਾਂ ਬੋਰੇ ਲਿਆ ਇੱਧਰ, ਤੈਨੂੰ ਰੋਟੀ ਦੀ ਲੱਗੀ ਰਹਿੰਦੀ 24 ਘੰਟੇ। ਜਾ ਦੌੜ ਜਾ ਲਿਆ ਕਰ ਕੰਮ ਕਰ। 24 ਘੰਟੇ ਰੋਟੀ ਰੋਟੀ ਇਹਨੂੰ ਇਹਨੂੰ ਰੋਟੀ ਚਾਹੀਦੀ ਆ 24 ਘੰਟੇ ਬਸ। ਕੰਮ ਵੱਲ ਕੋਈ ਇਹਦਾ ਧਿਆਨ ਨਹੀਂ, ਦੱਸਾਂ ਤਾਂ ਫੇਰ ਹੀ ਇਹਨੇ ਕੋਈ ਕੰਮ ਕਰਨਾ, ਆਪਣੇ ਆਪ ਥੋੜ੍ਹਾ ਇਹਨੇ ਕੋਈ ਕੰਮ ਕਰਨਾ ਹੈ।
ਸੋਨਾ ਘੜੀ ਆਰਾਮ ਹੀ ਕਰ ਮੰਮੀ ਤੁਹਾਨੂੰ ਮੈਂ ਚਾਹ ਬਣਾਉਣ ਲੱਗਿਆ ਸੀ ਤੁਸੀਂ ਇੱਥੇ ਗਲੰਮੇ ਪੈ ਗਏ ਜੇ ਜਾਓ ਚਾਹ ਬਣਾ ਕੇ ਦਿਓ ਮੈਨੂੰ ਪੁੱਤ ਮੈਂ ਤੇ ਝਾੜੂ ਫੇਰ ਕੇ ਥੱਕ ਗਈ ਸੀ ਬਾਅਦ ਚ ਕਰ ਲਿਓ ਆਰਾਮ ਜਾਓ ਬਿਨਾਂ ਚਾਹ ਬਣਾਓ ਜਾਓ ਉੱਠੋ ਮੈਂ ਕਿਹਾ ਘੜੀ ਆਰਾਮ ਹੀ ਕਰ ਲਾਂ ਬਾਅਦ ਚ ਕਰਦੇ ਰਹੋ ਆਰਾਮ ਜਾਓ ਚਾਹ ਬਣਾ ਕੇ ਦਿਓ ਮੈਨੂੰ हाय हाय अजे तक चाह ही नहीं बनी मम्मी दी वेखा भला जाके इन्ना चिर हो गया मम्मी हाथ दो घंटे वाली मैं बाहर चाह टिकी जानी तुम अंदर आके लम्बे पै गए जे तेनू नहीं पता मैं सवेर दी मरन रही हां मैनू किन्ने चक्कर आउण डए आ की हाल है चंगे भले जागे जे मैं ठीक नहीं गी ठीक नहीं तुसी मैं दवाई लिया के दे मैं खावा ओ पई गोली ला के फड़ दो आपे ते खा लो मम्मी जी मम्मी हां जी की गल होई इदा लम्मे पै जे सराणा लिया ना मैं ठीक नहीं गी बिक्की मैनू सवेर दे चक्कर आउण डए आ की गल हो गई आ पता नहीं मेरे चक्कर ही आई जांदे सवेर दे तू दवाई नहीं लेंदी दवाई उत्थे फ्रिज च पई आ दे दे मैनू तो सैर किथे गया पता नहीं सवेर दा किथे गया आ उहने मैनू फोन ला के मैनू पुछया मम्मी तेरा की हाल आ ਆਲੋ ਮੰਮੀ ਆ ਗੋਲੀ ਖਾਓ ਤੁਸੀਂ ਸਰਾਣਾ ਲਿਆ ਕੇ ਦਿੰਦਾ ਲਿਆਓ ਦੇ ਦਿਓ ਮੈਨੂੰ ਗਲਾ ਕਰ ਲਓ ਤੁਸੀਂ ਆਰਾਮ ਘੜੀ ਹੈ ਚੰਗੀ ਮਣਾ ਪੜ੍ਹੀ ਲਿਖੀ ਵਿਆਹ ਕੇ ਲਿਆਂਦੀ ਓ ਨਾ ਰੋਟੀ ਨਾ ਚਾਹ ਨਾ ਕਿਤੇ ਮੈਨੂੰ ਬਿਮਾਰ ਨੂੰ ਪੁੱਛਦੇ ਆ ਰਹਿੰਦੇ ਦੋਵੇਂ ਆਪਣੇ ਸੈਰ ਸਪੱਟੇ 'ਤੇ ਆ ਜਿਹਨੂੰ ਮਣਾ ਦਬਕੇ ਮਾਰਦਾ ਰਹਿੰਦਾ ਆ ਲੱਗਦਾ ਉਹਨੇ ਹੀ ਕੰਮ ਆਉਣਾ ਆ ਸਾਰਾ ਦਿਨ ਉਹਨੂੰ ਕੰਮ ਦੱਸਦੀ ਰਹਿੰਦੀ ਹਾਂ ਜਦੋਂ ਰੋਟੀ ਮੰਗਦਾ ਆ ਉਦੋਂ ਵੀ ਉਹਨੂੰ ਮੈਂ ਪੈ ਜਾਂਦੀ ਹਾਂ ਅੱਗੋਂ ਕੀ ਕਰਨ ਡਈ ਸੁਰਿੰਦਰੇ ਕੁਛ ਨਹੀਂ ਕਰਨਾ ਕੀ ਆ ਬੈਠੀ ਹਾਂ ਬੈਠੋ ਤੁਸੀਂ ਵੀ ਡਈ ਹਾਂ ਤੁਹਾਨੂੰ ਯਾਦ ਕਰਨ ਕਿਹੜੀ ਗੱਲ ਉਹ ਚੰਗੀ ਪੜ੍ਹੀ ਲਿਖੀ ਲਿਆਂਦੀ ਆ ਨਾ ਕੋਈ ਕੰਮ ਨਾ ਧੰਦਾ ਨਾ ਚਾਹ ਨਾ ਰੋਟੀ ਮੈਂ ਤੁਹਾਨੂੰ ਪਹਿਲਾਂ ਆਖਿਆ ਸੀ ਨਾ ਮੈਂ ਵੱਡੇ ਮੁੰਡੇ ਦਾ ਰਿਸ਼ਤਾ ਕਰ ਲਓ ਇਹਦਾ ਤੁਸੀਂ ਰਹਿਣ ਦਿਓ ਇਹਨੂੰ ਬਾਅਦ 'ਚ ਵਿਆਹ ਤੁਸੀਂ ਕਹਿੰਦੇ ਨਹੀਂ ਮੈਂ ਕਰਨਾ ਹੀ ਨਿੱਕੇ ਦਾ ਵਾ ਕਰਨਾ ਹੀ ਨਿੱਕੇ ਦਾ ਵਾ ਚਲੋ ਕੋਈ ਨਹੀਂ ਹੁਣ ਇੱਦਾਂ ਕਰਦੀ ਹਾਂ ਕਿ ਹੁਣ ਮੈਂ ਵੱਡੇ ਮੁੰਡੇ ਦਾ ਵਿਆਹ ਕਰਦੀ ਹਾਂ ਸ਼ਾਇਦ ਉਹ ਵਧੀਆ ਹੋਵੇ ਮੇਰੀ ਸੇਵਾ ਕਰੇ ਸੇਵਾ ਤਾਂ ਤੁਹਾਨੂੰ ਮੈਂ ਉਦੋਂ ਵੀ ਦੱਸਿਆ ਸੀਗਾ ਵੀ ਕੁੜੀ ਬੜੀ ਕੰਮ ਵਾਲੀ ਸੀਗੀ ਬਹੁਤ ਸੋਹਣੀ ਪੜ੍ਹੀ ਲਿਖੀ ਵੀ ਹੈਗੀ ਸਾਰੇ ਕੰਮ ਹੈਗੇ ਤੁਸੀਂ ਆਪ ਵੀ ਨਹੀਂ ਮੰਨੇ ਚਲੋ ਕੋਈ ਨਹੀਂ ਹੁਣ ਮੈਂ ਕਰ ਲੈਣਾ ਵਿੱਕੀ ਦਾ ਵਿਆਹ ਅਤੇ ਤੁਸੀਂ ਇਸ ਗੱਲ ਦੇ ਵਿੱਚ ਆਪ ਹੀ ਆਖਤਾ ਵੀ ਮੈਂ ਹੈਗੀ ਉਹਦਾ ਹੀ ਕਰਨਾ ਜਦ ਫੜੀ ਹੈਗੀ ਨਾਲੇ ਲੋਕ ਹੁਣ ਬਾਹਰ ਵੀ ਗੱਲਾਂ ਕਰਦੇ ਆ ਵੀ ਜਿਹੜਾ ਮਥਰਿਆ ਹੈਗਾ ਉਹ ਰਹਿਣ ਦਿੱਤਾ ਅਤੇ ਜਿਹੜਾ ਛੋਟਾ ਸੀ ਉਹਦਾ ਵਿਆਹ ਕਰ ਲਿਆ ਅਤੇ ਉੱਦਾਂ ਲੋਕਾਂ ਗੱਲਾਂ ਤਾਂ ਨਹੀਂ ਨਾ ਕਰਨੀਆਂ ਕੋਈ ਨਹੀਂ ਹੁਣ ਮੈਂ ਕਰ ਲੈਣਾ ਵਿੱਕੀ ਦਾ ਵਿਆਹ ਚਲੋ ਫਿਰ ਚੰਗਾ ਹੀ ਆ ਹੁਣ ਕਰ ਲੈਣਾ ਦੇ ਹੋਰ ਵਧੀਆ ਵਧੀਆ ਹਾਂਜੀ ਤੁਸੀਂ ਮੇਰੇ ਵੱਡੇ ਮੁੰਡੇ ਨੂੰ ਨਾ ਉਸੇ ਕੁੜੀ ਦਾ ਰਿਸ਼ਤਾ ਕਰਾ ਦਿਓ ਜਿਹੜੀ ਤੁਸੀਂ ਮੇਰੇ ਨਾਲ ਗੱਲ ਕੀਤੀ ਸੀ ਮੈਂ ਤੁਹਾਨੂੰ ਉਦੋਂ ਵੀ ਆਖਿਆ ਸੀ ਵੀ ਕੁੜੀ ਕੰਮ ਨੂੰ ਬੜੀ ਚੰਗੀ ਆ ਬਹੁਤ ਉਹਨਾਂ ਥੋੜ੍ਹਾ ਪੜ੍ਹੀ ਲਿਖੀ ਵੀ ਆ ਥੋੜ੍ਹਾ ਉੱਦਾਂ ਵੀ ਸਮਝਦਾਰ ਵਾ ਅਤੇ ਕੋਈ ਨਹੀਂ ਉਹਨਾਂ ਨੇ ਅਜੇ ਉਹ ਮੰਗਣ ਵਾਲੀ ਆ ਪੁੱਛ ਲੈਂਦੇ ਹਾਂ ਉਹਨਾਂ ਨੂੰ ਤੁਸੀਂ ਇੱਦਾਂ ਕਰੋ ਮੈਨੂੰ ਪੱਕੀ ਗੱਲ ਕਰਕੇ ਤਾਂ ਦੱਸ ਦਿਓ ਮੈਂ ਜ਼ਰੂਰ ਤੁਹਾਨੂੰ ਦੱਸੂ ਮੈਂ ਆਪਣੇ ਵੱਡੇ ਮੁੰਡੇ ਨੂੰ ਹੁਣ ਵਿਆਹ ਲੈਣਾ ਉਹਨਾਂ ਨੂੰ ਜਾ ਕੇ ਪੁੱਛ ਲੈਂਦੇ ਹਾਂ ਪ੍ਰੀਤ ਹਾਂਜੀ ਮੇਰੀ ਗੱਲ ਸੁਣ ਤੈਨੂੰ ਪਤਾ ਤਾਂ ਲੱਗ ਹੀ ਗਿਆ ਹੁਣ ਸਾਡੇ ਘਰ ਦੇ ਬਾਰੇ ਸਾਰਾ ਕੁਛ ਹੈ ਹਾਂਜੀ
मेरी गल सुन, भावें जिदा मर्जी आ, मेरी माँ ने जिदा का मर्जी मेरे नाल सलूक किया ठीक आ, मैं उन्हू कदी मतराया नहीं समझिया, भावें मैनू मतराया समझते रहन पर मैं नहीं समझिया, मैं माँ नू माँ ही समझिया हमेशा। तो मेरी गल तू भी सुन, तू हुण घर दे विच सारे काम करने आ, तैनू जो मर्जी जो कोई भी कुछ कहे, भावें तैनू मनी कुछ कहे भावें मम्मी कुछ कहे ठीक आ, तू किसी नू मना ना करी काम तो नहीं करती। हाँ क्योंकि हुण तेरी भी वह माँ आ मेरी भी वह माँ आ, रब सारा कुछ वेखदा आ ठीक आ। चल आ जा फिर दोवें जाने काम करिए। कोई काम ही नहीं करती ना, पहला करती ही, और जेडी कल आई है वो सारे काम करन रही है। इना ते काम करती मम्मी, किन्ना करे बेचारी, और कुछ नहीं वो करती, मेरे सामने सारा कुछ करती है। ना कोई काम नहीं वो करती, तू मजा यो करेगा अगर कल्ली सारा काम करदी है। हां करदी कल्ली काम, इथे एहो गल्लां ही हुंदियां बस। मणि हां जी, चाह बना दे यार। मैं नहीं कोई चाह चू बनानी सहज। की होया वा, की होया वा, सुन लिया मैं सारीयां गल्लां जिहड़ी तेरी मम्मी ने होईयां वा। की होया वा, होया की आ, ओड़ी कल आई ओदे पिछले लागे मम्मी ते मेरीयां गल्लां ढड़ना कर डे ही। तुई तो तुहानू नहीं पता कि मैं सारा दिन काम नहीं करदी हैगी, किन्ना काम करदी आ। हुण मम्मी कहण डे मैं करा, तुई तुई वी गल्लां च आ जा करो छाटी। ਮੈਨੂੰ ਨਹੀਂ ਪਤਾ, ਬਾਹਰ ਚੱਲੀ ਆਪਾਂ, ਮੈਂ ਆਪਣੇ ਡੈਡੀ ਨੂੰ ਕਹਿ ਕੇ ਸਾਰੇ ਅਰੇਂਜਮੈਂਟ ਕਰਾ ਲੂੰਗੀ, ਆਪਾਂ ਨਹੀਂ ਇੱਥੇ ਰਹਿਣਾ ਇਹਨਾਂ ਵਿੱਚ। ਬਾਹਰ ਚੱਲੀਏ? ਹਾਂ ਬਾਹਰ ਇੱਦਾਂ ਥੋੜੀ ਜਾਏ, ਕਿੱਦਾਂ ਚੱਲ ਜਾਈਏ ਬਾਹਰ, ਇੱਦਾਂ ਬਾਹਰ ਜਾਣਾ ਵਾ, ਇੱਥੇ ਨਹੀਂ ਰਹਿਣਾ ਮੈਂ ਹੁਣ। ਕਿੱਦਾਂ ਦੀਆਂ ਗੱਲਾਂ ਕਰਨ ਡਈ ਯਾਰ ਤੂੰ? ਬਸ ਮੇਰੀਆਂ ਇਹੋ ਗੱਲਾਂ ਵਾ, ਮੈਂ ਆਪਣੇ ਡੈਡੀ ਨੂੰ ਕਹਿ ਕੇ ਸਾਰੇ ਅਰੇਂਜਮੈਂਟ ਕਰਵਾ ਲੂੰਗੀ ਅਤੇ ਤੁਸੀਂ ਗੱਲ ਕਰ ਲਿਓ ਘਰੇ। ਮੈਂ ਤੁਹਾਨੂੰ ਕਹਿ ਤਾ ਮੈਂ ਇੱਥੇ ਨਹੀਂ ਰਹਿਣਾ ਹੁਣ ਬਸ। ਕੀ ਹੋਇਆ ਮੰਮੀ ਜੀ? ਹੁਣ ਆ ਕੀ ਆ, ਭੀੜ ਬੜੀ ਹੋਣ ਡਈ ਲੋਕਾਂ ਨੂੰ। ਲੈ ਮੈਂ ਘੁੱਟ ਦਿੰਦੀ ਹਾਂ। ਜਾ ਮੇਰਾ ਪੁੱਤ ਰਹਿਣ ਦੇ, ਮੈਨੂੰ ਨਾ ਕੰਬਲ ਲਿਆ ਦੇ, ਤੂੰ ਹੀ ਨਾਲੇ ਰੈਸਟ ਕਰ ਲਾ। ਰੱਬਾ ਜਿਹੜੇ ਮੇਰੇ ਢਿੱਡੋ ਜੰਮੇ ਆ ਉਹ ਮੇਰੀ ਬਾਤ ਨਹੀਂ ਪੁੱਛਦੇ, ਅਤੇ ਜਿਨ੍ਹਾਂ ਦੇ ਨਾਲ ਮੈਂ ਇੰਨਾ ਮਾੜਾ ਸਲੂਕ ਕੀਤਾ ਆ ਉਹ ਸਾਰਾ ਦਿਨ ਫਿਰ ਵੀ ਮੇਰੀ ਦੇਖਭਾਲ ਕਰਦੇ ਆ, ਅਤੇ ਮੇਰੇ ਵਾਸਤੇ ਇਹ ਚੰਗਾ ਕੰਮ ਨਹੀਂ ਹੈਗਾ।